ਜੀ ਹੁਣ ਆਪਾਂ ਕਹਿੰਦੇ ਵੀ ਧਿਆਨ ਦਾ ਧਿਆਨ ਹੁਣ ਜੇ ਉਹ ਬੰਦਾ ਸੋਚਦਾ ਹੋਵੇ ਯਾਰ ਕਿਹੜਾ ਬੰਦਾ ਧਿਆਨ ਆ ਜਿਹਦਾ ਧਿਆਨ ਕਰਦਾ ਕਹਿੰਦੇ ਇਹ ਹੋਏ ਦਈ ਹੈ ਨਾ ਗੱਲ ਉਹਨੂੰ ਇਹ ਸਮਝ ਨਹੀਂ ਲੱਗਦੀ ਵੀ ਕਿਹੜੇ ਧਿਆਨ ਦਾ ਧਿਆਨ ਕਹਿੰਦੇ ਆ ਜੀ ਆ ਨਹੀਂ ਉਹਨੇ ਤਾਂ ਇਹ ਸੋਚਣਾ ਵੀ ਕੋਈ ਬੰਦਾ ਹੈ ਜਿਹਦੇ ਕਹੀ ਜਾਂਦੇ ਯਾਰ ਧਿਆਨ ਦਾ ਧਿਆਨ ਕਰਨਾ ਵਾਗਰ ਵਾਗਰ ਅਸਲ ਵਿੱਚ ਬਹੁਤ ਹੈ ਨਾ ਜਿੰਦਾ ਪਾਤਸ਼ਾਹ ਕਹ ਗਿਆ ਕਿ ਬੋਤ ਸਾਰੇ ਜਿੱਦਾਂ ਤੁਹਾਡਾ ਇਹ ਵੀ ਹੁੰਦਾ ਫਰਕ ਜਿੱਦਾਂ ਤੁਸੀਂ ਪਹਿਲੇ ਦੀ ਕਿਹੜੀ ਕਮਾਈ ਆ ਤੁਹਾਡੀ ਨਾ ਇਹ ਵੀ ਫਰਕ ਉਹਦੇ ਨਾਲ ਫਰਕ ਜੁਰਦਾ ਬੰਦਾ ਤੇ ਜਦੋਂ ਫਿਰ ਉਹਨੂੰ ਉਸ ਜਿਹੜਾ ਚੀਜ਼ ਚੋਂ ਨਿਕਲੇ ਹੁੰਦਾ ਨਾ ਫਿਰ ਉਹ ਇੱਕ ਅਲੱਗ ਦਿਸ਼ਾ ਵਿੱਚ ਜਾਂਦਾ ਜਦੋਂ ਨਾ ਉਹਨੂੰ ਉਹ ਸਾਰਾ ਕੁਝ ਜ਼ਿਆਦਾ ਜਾਂਦਾ ਕਿਸੇ ਵੇਲੇ ਤੇ ਕਈ ਜਿਹੜੇ ਉਹਨਾਂ ਨੂੰ ਯਾਦ ਨਹੀਂ ਆਉਂਦਾ ਜਸਟ ਇਮੇਜਨ ਹੈ ਨਾ ਆ ਜਿਹੜੀ ਆ ਜਿਹੜੀ ਆਪਣੀ ਪੂਰੀ ਧਰਤੀ ਆ ਨਾ ਇੱਕ ਪ੍ਰिजन ਆ ਇਹ ਜੇਲੀਆ ਇੱਥੇ ਸਾਨੂੰ ਭੇਜਿਆ ਆ ਇੱਥੇ ਆਪਣੇ ਕਰਮ ਖੱਟਣ ਲਈ ਇੱਥੇ ਸਾਨੂੰ ਕਰਮਾ ਸੰਧਰਲ ਖੇਤ ਜਿਹੜੇ ਗੱਲ ਕਰਦੇ ਨਾ ਪਾਤਸ਼ਾ ਇੱਥੇ ਸਾਨੂੰ ਉਹਨਾਂ ਲਈ ਭੇਜਿਆ ਹੋਇਆ ਆ ਜਿੰਨਾ ਚਿਰ ਅਸੀਂ ਐਕਸੈਪਟੈਂਸ ਵਿੱਚ ਨਹੀਂ ਆਉਂਦੇ ਉਹਦੇ ਪਾਣੀ ਵਿੱਚ ਨਹੀਂ ਆਉਣੇ ਜਾਏ ਮੰਨ ਲਈ ਲੈਣੇ ਕਿ ਸਾਡੇ ਤੋਂ ਜਿਹੜੇ ਜੋ ਪਾਪ ਔਨ ਹੋਏ ਆ ਜਾਂ ਜੋ ਵੀ ਭੁੱਲਾਂ ਚੁੱਕਾ ਸਾਡੇ ਤੋਂ ਹੋਈਆਂ ਆ ਸਾਨੂੰ ਬਖਸ਼ ਲੈ ਹੈ ਨਾ ਬਿਲਕੁਲ ਅਸੀਂ ਤੇਰੇ ਹੁਣ ਅਸੀਂ ਸਰਂਡਰ ਕਰਦੇ ਆ ਤੇਰੇ ਅੱਗੇ ਉਨਾਂ ਚਾਰ ਅਸੀਂ ਸਫਰ ਕਰਨਾ ਹੀ ਕਰਨਾ ਉਨਾਂ ਚਾਰ ਸਾਡੇ ਸਵਾਲ ਵੀ ਹੈਗੇ ਆ ਤੇ ਸਾਡਾ ਸਾਡੀ ਜਿਹੜੀ ਹੈਗੀ ਆ ਪਟਕਣ ਵੀ ਹੈਗੀ ਆ ਹੈਨਾ ਸਹੀ ਗੱਲ ਹੈ ਉਹ ਸੀ ਐਕਸੈਪਟੈਂਸ ਵਿੱਚ ਆ ਜਾਣੇ ਆ ਨਾ ਉਹਨੂੰ ਜਿੱਦਾਂ ਅਸੀਂ ਇਹ ਸਮਝ ਲੈਨੇ ਆ ਨਾ ਜਿੱਦਾਂ ਪਾਸ਼ਾ ਕਹਿੰਦੇ ਹਸਤ ਕੀਟ ਕੇ ਵਿੱਚ ਸਮਾਨਾ ਰਾਵ ਰੰਗ ਫਿਜਾ ਇੱਕ ਸਰ ਚਾਦਾ ਨਾ ਜਦੋਂ ਇਸ ਗੱਲ ਵੱਚਾਨੇ ਕਿ ਉਹ ਹਰੇਕ ਚੀਜ਼ ਦੇ ਵਿੱਚ ਹਰੇਕ ਚ ਮਿਲ ਜਾਂਦਾ ਨਾ ਫਿਰ ਅਸੀਂ ਇਸ ਗਾ ਨੂੰ ਸਮਝਣਾ ਪੈਣਾ ਫਿਰ ਸਾਨੂੰ ਇਹ ਵੀ ਦੱਸ ਕੇ ਪਾਸ਼ਾ ਕਿ ਜਿੱਦਾਂ ਰੇਤ ਵਿੱਚ ਜਿਹੜੀ ਹੈਗੀ ਆ ਖੰਡ ਖਿਲਰੀ ਹੋਈ ਆ ਨਾ ਉਹ ਹਾਤੀ ਵੜ ਕੇ ਨਿ ਝੋਗ ਹੋਣੀ ਬਿਲਕੁਲ ਬਿਲਕੁਲ ਵੜ ਕੇ ਝੋਗ ਹੋਣੀ ਆ ਜਦੋਂ ਇਸ ਅਵਸਥਾ ਵਿੱਚ ਆਪਾਂ ਚੱਲ ਜਾਨੇ ਇਸ ਸਮਝ ਵਿੱਚ ਇਸ ਬੁੱਧ ਵਿੱਚ ਨਾ ਚੱਲ ਜਾਨੇ ਆ ਫਿਰ ਸਾਨੂੰ ਹੌਲੀ ਹੌਲੀ ਇਸ ਗੱਲ ਦਾ ਪਤਾ ਲੱਗਣਾ ਪੈਂਦਾ ਕਿ ਅਕਾਲ ਪੁਰਖ ਕਿੱਥੇ ਹੈ ਉਹ ਹੰਦੀ ਆ ਸ਼ੁਰੂ ਹੋ ਜਾਂਦੀ ਆ ਉਸੇ ਵੇਲੇ ਜਦੋਂ ਤੁਸੀਂ ਐਕਸੈਪਟੈਂਸ ਵਿੱਚ ਆ ਜਾਂਦੇ ਆ ਕਿ ਤੂੰ ਹੈ ਧੂਆ ਹੁਣ ਤੂੰ ਹੈ ਧੂਆ ਬਿਲਕੁਲ ਬਿਲਕੁਲ ਜਿੱਦਾਂ ਤੂੰ ਚਲਾਉਂਗਾ ਉਧੇ ਮਚਲਣਾ ਜਦੋਂ ਆਪਾਂ ਕਿੰਨੇ ਜਲੇ ਹਰੇ ਥਲੇ ਹਰੇ